ਰਾਂਗੇਜ ਤੁਹਾਡੇ ਸਭ ਦਾ ਨਿਗਾ ਸਵਾਗਤ वर्ल्ड ਪੰਜਾਬੀ ਕਾਨਫਰੰਸ ਹਰ ਦੂਸਰੇ ਸਾਲ ਟੋਰਾਂਟੋ ਕੈਨੇਡਾ ਵਿੱਚ ਮਨਾਇ ਜਾਂਦੀ ਏ ਜਿਦੇ ਵਿੱਚ ਦੁਨੀਆ ਭਰ ਤੋਂ ਪੰਜਾਬੀ ਸਕਾਲਰਸ ਤਸ਼ਰੀਫ ਲਿਆਉਂਦੇ ਨੇ ਔਰ ਉਹ ਆਪਣੀ ਆਪਣੀ ਗੱਲ ਨੂੰ ਸਾਡੇ ਨਾਲ ਸਾਂਝੀ ਕਰਦੇ ਨੇ ਇਸ ਸਾਰੇ ਕੰਮ ਨੂੰ 2009 ਵਿੱਚ ਸ਼ੁਰੂ ਕਰਨ ਵਾਲੇ ਦਾ ਨਾਂ ਹੈ ਅਜੈਬ ਸਿੰਘ ਚੱਠਾ ਸਾਹਿਬ ਜਿਨ੍ਹਾਂ ਨੂੰ ਇਹ ਸੇਰਾ ਜਾਂਦਾ ਏ ਕਿ ਉਹ ਪੂਰੀ ਦੁਨੀਆ ਦੇ ਸੂਝਵਾਨਾਂ ਨੂੰ ਪੰਜਾਬੀ ਸੂਝਵਾਨਾਂ ਨੂੰ ਇੱਕ ਛੱਤ ਤਲੇ ਜਮਾ ਕਰਦੇ ਨੇ ਆ ਜੋ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਤੇ ਆ ਜਸੀਓਨਾ ਦੇ ਨਾਲ ਇਸ ਸਾਲ ਦੀ 2022 ਦੀ ਵਰਲਡ ਪੰਜਾਬੀ ਕਾਨਫਰੰਸ ਜਿਹੜੀ ਕਿ ਹੋਣ ਵਾਲੀ ਏ ਉਹਦੇ ਬਾਰੇ ਗੁਫ਼ਤਗੂ ਕਰਾਂਗੇ ਜਟਾ ਸਾਹਿਬ ਤੁਹਾਨੂੰ ਬਹੁਤ-ਬਹੁਤ ਨਿਗਾਹ ਸਵਾਗਤ ਮਿਹਰਬਾਨੀ ਜੀ ਤੁਹਾਡਾ ਵੀ ਤੁਹਾਡਾ ਵੀ ਮਿਹਰਬਾਨੀ ਸੇਰਾ ਪੰਜਾਬ ਰੰਗ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਲਾਮਾ ਲੇਕੁਮ ਤੁਸੀਂ ਐਡਾ ਵੱਡਾ ਸੇਰਾ ਲਿਆਏ ਕਿ ਤੁਸੀਂ ਇੰਨੇ ਸਾਰੇ ਲੋਕਾਂ ਨੂੰ ਇਕੱਠਾ ਕਰਦੇ ਹੋ ਔਰ ਇੰਨੀ ਕਾਮਯਾਬ ਕਾਨਫਰੰਸਸ ਕਰਾਉਂਦੇ ਹੋ ਇਸ ਸਾਲ ਦੀ ਜਿਹੜੀ ਕਾਨਫਰੰਸ ਹੋਣ ਜਾ ਰਹੀ ਏ ਇਹਦੇ ਬਾਰੇ ਸਾਡੇ ਦਰਸ਼ਕ ਜਾਣਨ ਨੂੰ ਬੇਚੈਨ ਨੇ ਪਲੀਜ਼ ਇਹਨਾਂ ਨੂੰ ਕੁਝ ਦੱਸੋ ਮਿਹਰਬਾਨੀ ਜੀ ਇਹ ਕੋਈ ਮੈਂ ਇਕੱਲਾ ਆਦਮੀ ਨਹੀਂ ਕਰ ਸਕਦਾ ਇੱਕ ਟੀਮ ਹੁੰਦੀ ਆ ਜਿਵੇਂ ਉਸਦਾ ਹੀ ਹੁੰਦਾ ਵੀ ਜਿਵੇਂ ਇੱਕ ਦਰਖਤ ਦੀਦਾ ਹੁੰਦਾ ਵੀ 8 ਕੇ 10 ਫੁੱਟ ਉੱਚਾ ਹੈਗਾ ਪਰ ਉਹਦੇ ਨਾਲ ਜਿਹੜੀਆਂ ਜੜਾ ਹੁੰਦੀਆਂ ਉਹ 100 100 ਡੇਡ ਡੇਡ ਫੁੱਟ ਡੂੰਘੀਆਂ ਹੁੰਦੀਆਂ ਜਿਹੜੀਆਂ ਉਹ ਪਾਣੀ ਲੈ ਕੇ ਉਹਨੂੰ ਖਰਾਕ ਦਿੰਦੀਆਂ ਇਸ ਕਰਕੇ ਬਹੁਤ ਵੱਡੀ ਟੀਮ ਹੈਗੀ ਆ ਜਿਹੜੇ ਸਾਰੇ ਕੰਮ ਕਰ ਰਹੇ ਹੈਗੇ ਆ ਤੇ ਇਸ ਸਾਲ ਦੀ ਇਹ ਵਰਲਡ ਪੰਜਾਬੀ ਕਾਨਫਰੰਸ 24 25 ਤੇ 26 ਜੂਨ 2022 ਨੂੰ ਫਰਾਈਡੇ ਸੈਟਰਡੇ ਤੇ ਸੰਡੇ ਸੈਂਚਰੀ ਗਾਰਡਨਸ ਰਿਕ੍ਰੀਸ਼ਨ ਸੈਂਟਰ ਬ੍ਰੈਪਟਨ ਵਿਖੇ ਹੋ ਰਹੀ ਹੈ ਜੀ ਅੱਛਾ ਇਹਦੇ ਵਿੱਚ ਤੁਸੀਂ ਹਮੇਸ਼ਾ ਲੱਤ ਦੇ ਪੰਜਾਬ ਔਰ ਚੜ੍ਹਦੇ ਪੰਜਾਬ ਵੱਲੋਂ ਸੂਝਵਾਨਾਂ ਨੂੰ ਬੁਲਾਉਂਦੇ ਹੋ ਔਰ ਕੋਈ ਨਾ ਕੋਈ ਐਸੀ ਗੱਲ ਜਿਹੜੀ ਕਿ ਉਸ ਵੇਲੇ ਬਹੁਤ ਹੌਟ ਟਾਪਿਕ ਹੁੰਦਾ ਉਹਨੂੰ ਲੈ ਕੇ ਡਿਸਕਸ ਕਰਦੇ ਹੋ ਤਾਂ ਕਿ ਕੋਈ ਇੰਟੈਲੈਕਚੁਅਲ ਸੋਲੂਸ਼ਨ ਉਹਦੇ ਬਾਰੇ ਵਿੱਚ ਕੱਢਿਆ ਜਾ ਸਕੇ ਇਸ ਸਾਲ ਦਾ ਤੁਹਾਡਾ ਕੀ ਮੁੱਦਾ ਹੈ ਪਹਿਲੀ ਗੱਲ ਤੇ ਹੁਣ ਇਹ ਲਹਿੰਦਾ ਤੇ ਚੜ੍ਹਦਾ ਪੰਜਾਬ ਦੋ ਨਹੀਂ ਗੇ ਹੁਣ ਤੀਜਾ ਪੰਜਾਬ ਵੀ ਬਣ ਚੁੱਕਾ ਹੈ ਹੁਣ ਪੰਜ دریاਵਾਂ ਦੀ ਇਹ ਭਾਸ਼ਾ ਨਹੀਂ ਰਹਿ ਗਈ ਹੁਣ ਸੱਤ ਸਮੁੰਦਰਾਂ ਦੀ ਭਾਸ਼ਾ ਬਣ ਚੁੱਕੀ ਹੈ ਬਹੁਤ ਵਾਰੀ ਤੁਸੀਂ ਸੱਤ ਲੇਖ ਦੀ ਕਹਿੰਦੇ ਹੁੰਨੇ ਤੁਸੀਂ ਤੇ ਇਸ ਵਾਰੀ ਜਿਹੜਾ ਮੁੱਦਾ ਸਾਡਾ ਹੈਗਾ ਕਿਉਂਕਿ ਇਹਦਾ ਨਾਮ ਵਰਲਡ ਪੰਜਾਬੀ ਕਾਨਫਰੰਸ ਆ ਇਸ ਕਰਕੇ ਪੰਜਾਬੀ ਭਾਸ਼ਾ ਦਾ ਪ੍ਰਵਿੱਖ ਤਸੀਂ ਡਿਸਕਸ ਕਰਨਾ ਹੀ ਕਰਨਾ ਤੇ ਉਹਦੇ ਨਾਲ ਕੋਈ ਨਾ ਕੋਈ ਅਸੀਂ ਸੈਕੰਡ ਮੁੱਦਾ ਰੱਖ ਲੈਣੇ ਹੁੰਦੇ ਆ ਇਸ ਵਾਰੀ ਹੈ ਕਿ ਵਿੱਦਿਅਕ ਢਾਂਚਾ ਸਾਨੂੰ ਆਪਣੇ ਪੰਜਾਬੀ ਬੱਚਿਆਂ ਨੂੰ ਕਿਹੜੀ ਐਜੂਕੇਸ਼ਨ ਦੇਣੀ ਚਾਹੀਦੀ ਆ ਕਿਉਂਕਿ ਬੜੇ ਚਿਰੋਂ ਤੋਂ ਅਸੀਂ ਸੁਣ ਰਹੇ ਹੈਗੇ ਆ ਇਹ ਅੰਗਰੇਜ਼ਾਂ ਨੇ ਆਪਦੇ ਮੁਤਾਬਕ ਵਿਦਿਅਕ ਢਾਂਚਾ ਬਣਾਇਆ ਸੀਗਾ ਉਹ ਸਾਨੂੰ ਕਲਰਕ ਹੀ ਪੈਦਾ ਕਰ ਰਿਆ ਹੈਗਾ ਉਹ ਅੰਗਰੇਜ਼ਾਂ ਨੂੰ ਤਾਂ ਗਿਆਨ ਨੂੰ 75 ਸਾਲ ਹੋ ਗਏ ਇਥੋਂ ਬਾਹਰ ਤੇ ਹੁਣ ਸਾਨੂੰ ਇਹ ਸੋਚਣਾ ਚਾਹੀਦਾ ਹੈਗਾ ਵਾ ਵੀ ਪਾਕਿਸਤਾਨ ਦੇ ਵਿੱਚ ਮੈਂ ਪੰਜਾਬੀਆਂ ਦੀ ਗੱਲ ਕਰਾਂ ਵੀ ਪੰਜਾਬੀਆਂ ਨੂੰ ਸਾਨੂੰ ਕਿਹੜੀ ਐਜੂਕੇਸ਼ਨ ਦੇਣੀ ਚਾਹੀਦੀ ਆ ਜਿਹੜੀ ਉਹਨਾਂ ਦੇ ਜ਼ਿੰਦਗੀ ਵਿੱਚ ਕੰਮ ਆਵੇ ਬਹੁਤ ਸਾਰੇ ਕਹਣਗੇ ਜੀ 50% ਉਹ ਸਿਲੇਬਸ ਆ ਜਿਹੜਾ ਜੀ ਲੋਕਾਂ ਦੀ ਜ਼ਿੰਦਗੀ 'ਚ ਬੰਦੇ ਕੰਮ ਨਹੀਂ ਆਉਂਦਾ ਮੈਂ ਕਹਿੰਦਾ ਜਿਹੜਾ ਨਹੀਂ ਆਉਂਦਾ ਤੁਸੀਂ ਕੱਢ ਦਿਓ ਉਹਨੂੰ ਪਰ ਉਹ ਅਸੀਂ ਡਿਸਕਸ ਕਰੀਏ ਕਿ ਕਿਹੜਾ ਸਾਨੂੰ ਸਬਜੈਕਟ ਕੀ ਕੀ ਸਾਨੂੰ ਪੰਜਾਬੀਆਂ ਨੂੰ ਪੜਾਉਣਾ ਚਾਹੀਦਾ ਹੈਗਾ ਇਸ ਵਾਰੀ ਇਹ ਵਿਦਵਾਨਾਂ ਕੋ ਅਸੀਂ ਬੇਨਤੀ ਕੀਤੀ ਹੈਗੀ ਆ ਉਹ ਸਾਨੂੰ ਦੱਸਣਗੇ ਕਿ ਸਾਨੂੰ ਕੀ ਪੜਾਉਣਾ ਚਾਹੀਦਾ ਬੱਚਿਆਂ ਨੂੰ ਮੇਰਾ ਖਿਆਲ ਹੈ ਕਿ ਇਹ ਦੀ ਬਹੁਤ ਵੱਡੀ ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਜਿਸ ਤਰ੍ਹਾਂ ਤੁਸੀਂ ਆਗਾਜ਼ ਕੀਤਾ ਕਿ ਸੱਤ ਸਮੁੰਦਰ ਹੁਣ ਹਰ ਚੀਜ਼ ਗਲੋਬਲ ਹੋ ਚੁੱਕੀ ਹੈ ਔਰ ਸਾਡੀ ਸੋਚ ਵੀ ਉਹਦੇ ਮੁਤਾਬਿਕ ਹੀ ਹੋਣੀ ਬਹੁਤ ਜ਼ਰੂਰੀ ਹੈ ਤੇ ਇਹ ਬਹੁਤ ਅੱਛੀ ਗੱਲ ਏ ਕਿ ਅਸੀਂ ਬੈਠੇ ਵੀ ਐਸੀ ਜਗ੍ਹਾ ਤੇ ਆ ਜਿੱਥੇ ਸਾਡੇ ਨਾਲ ਲੇਕਸ ਨੇ ਪੰਜਾਬੀ ਜਿੱਥੇ ਜਾਂਦਾ ਉਹਦੇ ਨਾਲ ਪਾਣੀ ਨਾਲ-ਨਾਲ ਮੇਰੇ ਖਿਆਲ ਇਹ ਕੁਦਰਤ ਦਾ ਬਹੁਤ بڑا ਤੋਹਫਾ ਏ ਉਹਦੇ ਲਈ ਹੁਣ ਗੱਲ ਆ ਵੀ ਕਿ ਇੰਨੀ ਸਾਰੀ ਕਾਨਫਰੰਸਿਸ ਤੁਸੀਂ ਕਰਾ ਚੁੱਕੇ ਹੋ 8 ਕਾਨਫਰੰਸਿਸ ਸਾਡਾ ਆਗਾਜ਼ 2009 ਵਿੱਚ ਹੋਇਆ ਤੇ ਹੁਣ ਅਸੀਂ ਵੀ 2022 ਵਿੱਚ ਬੈਠੇ ਹੋਏ ਆ ਤੇ ਤੁਸੀਂ ਕੀ ਸਮਝਦੇ ਹੋ ਇਹਨਾਂ ਦਾ ਕੀ ਫਾਇਦਾ ਏ ਕੀ ਇਹਦਾ ਕੋਈ ਫਾਇਦਾ ਹੋ ਰਿਹਾ ਏ ਜਾਂ ਕਿ ਇਹ ਜਸਟ ਇੱਕ ਹੋਰ ਇਕੱਠ ਪੰਜਾਬੀਆਂ ਦਾ ਜਿਹੜਾ ਹੁੰਦਾ ਔਰ ਖਤਮ ਹੋ ਜਾਂਦਾ ਨਹੀਂ ਦੇਖੋ ਜੀ ਆਮ ਕਰਕੇ ਬਹੁਤ ਵਾਰੀ ਮੇਲਾ ਕਹਿੰਦੇ ਮੇਲਾ ਲਾਉਂਦੇ ਹੈਗੇ ਆ ਪਰ ਇਹ ਚ ਦੋਰਾਏ ਵੀ ਨਿਗਾ ਉਹਨਾਂ ਮੈਂ ਸਹਿਮਤ ਵੀ ਆ ਇਹ ਮੇਲਾ ਲੱਗਦਾ ਵੀ ਆ ਪਰ ਕਾਨਫਰੰਸ ਦੇ ਵਿੱਚ ਜਿੱਥੇ ਵੱਡੇ ਵੱਡੇ ਵਿਦਵਾਨ ਆਉਂਦੇ ਹੈਗੇ ਆ ਸਭ ਤੋਂ ਪਹਿਲਾਂ ਤੇ ਇਹ ਹੁੰਦਾ ਵੀ ਜਦੋਂ ਕਾਨਫਰੰਸ ਐ ਇਹੋ ਜਿਹੀਆਂ ਹੁੰਦੀਆਂ ਵੱਖ-ਵੱਖ ਦੇਸ਼ਾਂ ਦੇ ਇਕੱਠੇ ਸਿਹਤਕਾਰ ਇਕੱਠੇ ਹੁੰਦੇ ਹੈਗੇ ਆ ਸਭ ਤੋਂ ਵਧੀਆ ਸਿਹਤ ਲਿਖ ਹੁੰਦਾ ਜਦੋਂ ਤੁਸੀਂ ਬਾਹਰ ਮੁਲਕਾਂ ਚ ਆਏ ਹੀ ਨਹੀਂ ਜੇ ਤੇ ਉਹਦੇ ਬਾਰੇ ਵੈਸੇ ਹੀ ਲਿਖੀ ਜਾਂਦੇ ਹੈਗੇ ਆ ਉਹ ਵਧੀਆ ਸਿਹਤ ਨਹੀਂ ਲਿਖ ਹੁੰਦਾ ਮੈਂ ਕਹਿ ਸਕਦਾ ਵਰਲਡ ਪੰਜਾਬੀ ਕਾਨਫਰੰਸਾਂ ਕਰਕੇ ਹੀ ਵਧੀਆ ਸਹਿਤ ਲਿਖਿਆ ਜਾਣ ਲੱਗਾ ਜਿਹੜਾ ਲਿਖ ਹੋ ਰਿਹਾ ਹੈਗਾ ਤੇ ਦੂਜਾ ਹੈਗਾ ਵਾ ਤੇ ਜਿਹੜੇ ਵੀ ਬੰਦੇ ਇੱਕ ਪ੍ਰਬੰਧਕ ਲਾ ਲੋ ਤੇ ਵਿਦਵਾਨ ਲਾ ਲੋ ਇਹਨਾਂ ਦੇ ਆਪਸੀ ਚੰਗੇ ਸਬੰਧ ਬਣਦੇ ਹੈਗੇ ਚੰਗਾ ਸਹਿਤ ਲਿਖ ਹੁੰਦਾ ਇਹਨਾਂ ਦੇ ਚੰਗੇ ਸਬੰਧ ਬਣਦੇ ਹੈਗੇ ਤੇ ਜਿਹੜਾ ਬੰਦਾ ਇਸ ਵਿੱਚ ਸ਼ਾਮਲ ਹੁੰਦਾ ਹੈਗਾ ਉਹਦੀ ਪਰਸਨੈਲਿਟੀ ਦੇ ਵਿੱਚ ਫਰਕ ਤਾਂ ਪੈਂਦਾ ਪੈਂਦਾ ਉਹਨੂੰ ਸੂਝਵਾਨ ਤੋਂ ਬਣਦਾ ਬੰਦਾ ਤੇ ਬਾਕੀ ਜਿਹੜੇ ਜਿੱਦਾਂ ਟੀਚਰ ਸਾਹਿਬਾਨ ਹੁੰਦੇ ਆ ਸਾਡੇ ਸਾਰੇ ਪ੍ਰੋਫੈਸਰ ਸਾਹਿਬਾਨ ਹੁੰਦੇ ਆ ਉਹ ਜੋ ਇੰਟਰਨੈਸ਼ਨਲ ਕਾਨਫਰੰਸ ਵਿੱਚ اٹੈਂਡ ਕਰਦੇ ਹੈਗੇ ਆ ਉਹਨਾਂ ਨੂੰ ਪ੍ਰੋਮੋਸ਼ਨ ਦੇ ਵਿੱਚ ਉਹਨਾਂ ਨੂੰ ਫਾਇਦਾ ਚ ਹੁੰਦਾ ਹੁੰਦਾ ਤੇ ਜਿਹੜਾ ਸੈਰਾ ਕਰਨੀਆਂ ਬਾਹਰਲੇ ਦੇਸ਼ਾਂ ਦਾ ਵੀਜ਼ਾ ਮਿਲਣਾ ਮੁਲਕ ਦੇਖ ਕੇ ਜਾਣੇ ਹੈਗੇ ਆ ਉਹ ਐਕਸਟਰਾ ਇਹਦੇ ਵਿੱਚ ਹੈਗਾ ਹੈਗਾ ਹਮੇਸ਼ਾ ਹੀ ਜੇ ਕਦੀ ਇਹ ਤਾਂ ਕੋਈ ਫਾਇਦਾ ਨਾ ਹੁੰਦਾ ਹੋਵੇ ਤੇ ਅੱਜ ਅਸੀਂ ਇਹ 8ਵੀਂ ਵਰਲਡ ਪੰਜਾਬੀ ਕਾਨਫਰੰਸ ਨਾ ਕਰਾਉਂਦੇ ਹੁੰਦੇ ਤੇ ਨਾਲ ਲੋਕ ਆਉਂਦੇ ਹੀ ਹੁੰਦੇ ਇਹਦੇ ਇਸ ਕਰਕੇ ਕਾਨਫਰੰਸ ਦੇ ਬਹੁਤ ਪੰਜਾਬੀ ਤੁਹਾਨੂੰ ਇਹਦਾ ਫਾਇਦਾ ਹੈਗਾ ਜੀ ਸਹਬਤ ਵੈਸੇ ਵੀ ਬਹੁਤ ਅਸਰ ਰੱਖਦੀ ਏ ਔਰ ਉਹਦੇ ਨਾਲ-ਨਾਲ ਤੁਹਾਡਾ ਆਪਸ ਵਿੱਚ ਗੁਫ਼ਤਗੂ ਕਰਕੇ ਤਬਾਦਲਾ ਖਿਆਲਤ ਯਾਨੀ ਐਕਸਚੇਂਜ ਆਫ ਆਈਡੀਆਜ਼ ਬਹੁਤ ਅਹਿਮ ਹੈ ਚਲੋ ਹੁਣ ਤੁਸੀਂ ਇਹ ਦੱਸ ਦਿਓ ਕਿ ਇਹ ਸਾਰੇ ਪ੍ਰੋਗਰਾਮ ਨੂੰ ਜਿਹੜਾ ਤੁਸੀਂ ਸਮਾਪਤ ਕਰ ਰਹੇ ਹੋ ਤੁਹਾਡੇ ਨਾਲ ਕੌਣ-ਕੌਣ ਸ਼ਾਮਿਲ ਹੈ ਹੋਰ ਸਾਡੇ ਨਾਲ ਜਿਹੜੇ 2009 ਤੋਂ ਲੈ ਕੇ ਅੱਜ ਤੱਕ ਮੈਂ 24 ਵਿਅਕਤੀ ਕਹਿ ਸਕਦਾ ਹੈਗਾ ਵੀ ਸਾਡੇ ਨਾਲ ਸ਼ਾਮਿਲ ਹੈਗੇ ਆ ਦੁਜੀ ਦਾ ਸਾਮੀ ਸਾਡੇ ਜਿਹੜੇ ਇਹ 24 ਬੰਦਿਆਂ ਦਾ ਇਕੱਠ ਕਰਕੇ ਹੀ ਨਾਟਕ ਦੀ ਅਜੇ ਤੱਕ ਗਵਰਨਮੈਂਟ ਕੋ ਗ੍ਰਾਂਟ ਲਈ ਹੈਗੀ ਆ ਸਾਡਾ ਹੱਕ ਬਣਦਾ ਹੈਗਾ ਪਰ ਸਾਡੇ ਕੋਲ ਲੈ ਨਹੀਂ ਹੋਈ ਪਰ ਸਾਡੇ 24 ਦੇ 24 ਬੰਦੇ ਹੀ ਜਿਹੜੇ ਸਾਡੇ ਨਾਲ ਸਰਦ ਹੈ ਸਭ ਤੋਂ ਪਹਿਲਾ ਬਿਜ਼ਨਸਮੈਨ ਆ ਪ੍ਰੋਫੈਸ਼ਨਲ ਹੈਗੇ ਆ ਸਾਰੇ ਬੰਦੇ ਆਪਣੇ ਦੇ ਕੋਲੋਂ ਹੀ ਇਹਦੇ ਵਿੱਚ ਪਾਰਟਿਸਪੇਸ਼ਨ ਪੈਸੇ ਵੀ ਪਾਉਂਦੇ ਹੈਗੇ ਜਿਵੇਂ ਤੁਸੀਂ ਗੋਰਾ ਸਾਹਿਬ ਲਾ ਲੋ ਆਪ ਜੀ ਹੋਗੇ ਸਾਰ ਸਰਦੂਲ ਸਿੰਘ ਥਿਆੜਾ ਜੀ ਹੋਗੇ ਸਾਰ ਤਰੋਚਰ ਸਿੰਘ ਔਟਵਾਲ ਜੀ ਹੋਗੇ ਬਹੁਤ ਸਾਰੇ ਜੋਗਿੰਦਰ ਸਿੰਘ ਬਾਜਵਾ ਜਿੰਨੇ ਵੀ ਸਾਡੇ ਚ ਬੰਦੇ ਹੈਗੇ ਆ ਸਵਿਰਦ ਹੈਗੇ ਆ ਸ਼ੁਰੂ ਤੋਂ ਲੈ ਕੇ ਅੱਜ ਜਿੰਨੇ ਤਾਂ ਨਾਂ ਦੱਸਦੇ ਮੈਂ ਦੱਸਦੇ ਇਹ ਗੱਲ ਮੈਂ ਹੋਰ ਦੱਸ ਦਵਾ 24 ਤਰੀਕ ਨੂੰ ਜਿਹੜੇ ਵੀ ਸੱਜਣਾ ਨੇ ਸਾਡਾ 2009 ਤੋਂ ਲੈ ਕੇ ਹੁਣ ਤੱਕ ਸਾਥ ਦਿੱਤਾ ਹੈਗਾ ਉਹਨਾਂ ਸਾਰੇ ਹੀ ਸੱਜਣਾਂ ਨੂੰ ਅਸੀਂ ਸਨਮਾਨ ਵੀ ਕਰਾਂਗੇ ਅਸੀਂ ਉਹਨਾਂ ਦੀ ਫੋਟੋ ਪਾ ਕੇ ਲਿਸਟ ਉਹਨਾਂ ਦੀ ਜਾਰੀ ਕਰ ਦਿੱਤੀ ਹੈਗੀ ਆ ਉਹ ਸਨਮਾਨਤ ਵੀ ਕੀਤਾ ਜਾਊਗਾ ਇਤੋਂ ਵਧੀਆ ਕਾਨਫਰੰਸ ਤਾਂ ਕਦੇ ਹੋ ਹੀ ਨਹੀਂ ਸਕਦੀ ਮੈਂ ਇੱਕ ਵਾਰ ਹੋਰ ਦੱਸ ਦਵਾ ਸਾਡੀ ਕਾਨਫਰੰਸ ਇੰਨੀ ਵਧੀਆ ਦੇਖ ਕੇ ਹੋਰ ਬੰਦਾ ਜਿਹਨੇ ਕਦੀ ਕਾਨਫਰੰਸ ਦਾ ਨਾਮ ਵੀ ਸੁਣਿਆ ਹੁੰਦਾ ਨਾ ਜੀ ਉਹ ਵੀ ਕਹਿੰਦਾ ਜੀ ਉਹ ਕਾਨਫਰੰਸ ਮੈਂ ਕਰਾਈ ਸੀਗੀ ਇਹ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਘਟੋ ਘਟ ਇਹ ਤੇ ਨਹੀਂ ਕਹਿੰਦਾ ਵੀ ਮੈਂ ਉਹ ਨਹੀਂ ਕਰਾਈ ਉਹ ਇਹ ਇੰਨੀ ਵਧੀਆ ਕਾਨਫਰੰਸ ਦਾ ਆਪ ਹੀ ਹਿੱਸਾ ਬਣਨਾ ਚਾਹੁੰਦਾ ਹੈਗਾ ਉਹ ਇਹ ਬਾਕੀ ਲੋਕਾਂ ਨੂੰ ਦੱਸਦਾ ਜੀ ਉਹ ਕੈਨੇਡਾ ਵਾਲੀਆਂ ਕਾਨਫਰੰਸਾਂ ਮੈਂ ਕਰਵਾਈਆਂ ਹੈਗੀਆਂ ਉਹਦੇ ਵਿੱਚ ਮੈਂ ਹਿੱਸੇਦਾਰ ਸੀਗਾ ਇਸ ਗੱਲ ਦੀ ਬੰਬੋਲ ਵਿੱਚ ਖੁਸ਼ੀ ਹੁੰਦੀ ਆ ਜੇ ਚੰਗਾ ਕੰਮ ਕੀਤਾ ਕਰਕੇ ਤਾਂ ਹੀ ਉਹ ਬੰਦਾ ਓਨ ਕਰਦਾ ਜੇ ਹੋਰ ਚ ਨਾਂ ਚੰਗਾ ਹੋਇਆ ਹੋਵੇ ਤਾਂ ਅਗਲਾ ਕਹਿੰਦਾ ਹੈ ਨਿਕਾ ਜੀ ਮ ਇਹ ਸਭ ਤੋਂ ਵੱਡੀ ਗੱਲ ਹੈ ਜੀ ਜਟਾ ਸਾਹਿਬ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਡੀ ਬੜੀਆਂ ਦੁਆਵਾਂ ਕਿ ਤੁਹਾਡੀ ਇਸ ਸਾਲ ਦੀ ਕਾਨਫਰੰਸ ਵੀ ਬਹੁਤ ਕਾਮਯਾਬ ਹੋਏ ਔਰ ਬਹੁਤ ਸਾਰੇ ਲੋਕਾਂ ਨੂੰ ਇਹਦੇ ਤੋਂ ਬਹੁਤ ਫਾਇਦਾ ਪਹੁੰਚੇ ਮਿਹਰਬਾਨੀ ਜੀ ਜੇ ਕੋਈ ਵੀ ਕਾਨਫਰੰਸ ਕਰਨੀ ਹੋਵੇ ਨਾ ਜੀ ਉਹਦੇ ਲਈ ਕਿੰਨ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਪਹਿਲਾ ਤੁਹਾਨੂੰ ਸਹਿਰਦ ਬੰਦੇ ਤੁਹਾਡੇ ਨਾਲ ਯਾਰ ਦੋਸਤ ਸਹਿਰਦ ਬੰਦੇ ਹੋਣ ਉਹ ਤੁਹਾਡੇ ਨਾਲ ਜੁੜੇ ਹੋਣ ਤੇ ਮੈਂ ਉਹਨਾਂ ਕਹਿ ਸਕਦਾ ਵੀ ਸਾਡੇ ਕੋਲ ਕਰੀਮ ਹੀ ਆ ਇੱਕ ਅਦਾ ਕੋਈ ਬੰਦਾ ਹੋਣਾ ਜਿਹੜਾ ਛੱਡ ਕੇ ਚਲੇ ਚਲੇ ਗਿਆ ਹੋਣਾ ਨਹੀਂ ਸਾਡੇ ਕੋਲ ਸਾਰੀ ਕ੍ਰੀਮ ਐਸਵੇ ਸਾਡੇ ਸਿਰ ਦੇ ਬੰਦੇ ਆ ਦੂਸਰਾ ਹੁੰਦਾ ਤੁਹਾਡੇ ਕੋਲ ਪੈਸਿਆਂ ਦੀ ਕਮੀ ਨਾ ਹੋਵੇ ਇਸ ਕਰਕੇ ਇੰਨਿਆਂ ਬੰਦਿਆਂ ਕੋਲ ਅੱਜ ਤੱਕ ਪੈਸਿਆਂ ਦੀ ਕਮੀ ਨਹੀਂ ਸਾਡੇ ਕੋਲ ਆਈ ਅਸੀਂ ਪੈਸੇ ਆਪ ਇਕੱਠੇ ਕਰਦੇ ਆ ਪਰ ਉਹਦੇ ਨਾਲ ਸਾਡੇ ਕੋਲ ਇੱਕ ਅਦਾ ਬੰਦਾ ਜੂ ਟੱਕਰ ਜਾਂਦਾ ਹੁੰਦਾ ਵੀ ਸਾਰੇ ਦੀ ਸਾਰੀ ਕਾਰਨਫਦਾ ਮੈਂ ਖਰਚਾ ਕਰ ਦਿੰਨਾ ਤੇ ਉਹਨੂੰ ਕਹਿੰਦਾ ਭਾਈ ਤੂੰ ਐਸੀ ਸਾਨੂੰ ਆਪਦਾ ਹਿੱਸਾ ਪਾ ਲੈਣ ਦੇ ਜਿਹੜੇ ਘਟੇ ਤੂੰ ਪਾ ਲਈ ਸਾਡੇ ਕੋ ਪਹਿਲਾਂ 2015 ਚ ਇੱਕ ਬੰਦਾ ਮਿਲਿਆ ਸੀਗਾ ਹੁਣ ਐਕੀ ਸਾਡੇ ਕੋ ਦੋ ਬੰਦੇ ਸਾਨੂੰ ਸੱਜਣ ਮਿਲੇ ਹੋਏ ਆ ਉਹ ਕਹਿੰਦੇ ਸਾਡੇ ਦਾ ਸਾਰਾ ਹੀ ਖਰਚਾ ਅਸੀਂ ਕਰ ਦਵਾਂਗੇ ਦੋ ਤੇ ਤੀਜੀ ਹੁੰਦੀ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਅੱਗੇ ਅਰਦਾਸ ਕਰੋ ਅੱਲਾਹ ਅਗੇ ਅਰਦਾਸ ਕਰੋ ਤੇ ਉਹ ਤੁਹਾਨੂੰ ਬਰਕਤ ਪਾਉਂਦਾ ਹੈਗਾ ਇਹ ਤਿੰਨ ਚੀਜ਼ਾਂ ਇਕੱਠੀਆਂ ਹੋਣ ਤਾਂ ਹੀ ਤੁਸੀਂ ਸਮਾਗਮ ਕੋਈ ਜਥੇਬੰਦੀਆਂ ਚਲਾ ਸਕਦੇ ਹੋ ਦਰਸ਼ਕੋ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਪੰਜਾਬ ਰੰਗ ਔਰ ਇਹਦੇ ਵਿੱਚ ਅਸੀਂ ਮਜ਼ੀਦ ਗੁਫ਼ਤਗੂ ਕਰਾਂਗੇ ਮਜ਼ੀਦ ਗੱਲਬਾਤ ਕਰਾਂਗੇ ਇਹਦੇ ਜਿਹੜੀ ਕਿ ਕਮੇਟੀ ਏ ਜਿਹੜੀ ਕਿ ਆਰਗੇਨਾਈਜ਼ਰਸ ਦੀ ਕਮੇਟੀ ਏ ਅਸੀਂ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਹੁਣ ਅਸੀਂ ਆਰਗੇਨਾਈਜ਼ਰਸ ਨਾਲ ਗੱਲ ਕਰਾਂਗੇ ਉਸ ਤੋਂ ਪਹਿਲੇ ਚੱਲਨੇ ਆ ਇੱਕ ਛੋਟੀ ਜਿਹੀ ਬ੍ਰੇਕ ਪਾ ਲ ਵੈਲਕਮ ਬੈਕ ਵਰਲਡ ਪੰਜਾਬੀ ਕਾਨਫਰੰਸ 2022 ਦੇ ਮੁਤਲਕ ਅਸੀਂ ਅੱਜ ਆਪਣਾ ਪ੍ਰੋਗਰਾਮ ਕਰ ਰਹੇ ਹਾਂ ਇਹਦੇ ਵਿੱਚ ਹੁਣ ਸਾਡੇ ਨਾਲ ਮੌਜੂਦ ਨੇ ਵਨ ਆਫ ਦਾ ਆਰਗੇਨਾਈਜ਼ਰ ਅਰਵਿੰਦਰ ਸਿੰਘ ਢਿਲੋਂ ਜੀ ਤੁਹਾਡਾ ਬੜਾ ਬੜਾ ਨਿਗਾ ਸਵਾਗਤ ਹੈ ਸ਼ੁਕਰੀਆ ਮੈਮ ਮੇਰੇ ਵੱਲੋਂ ਪੰਜਾਬ ਰੰਗ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿਲੋਂ ਸਾਹਿਬ ਤੁਸੀਂ origianally ਸ਼ੁਰੂ ਤੋਂ ਇਸ ਵਰਲਡ ਪੰਜਾਬੀ ਕਾਨਫਰੰਸ ਨਾਲ ਜੁੜੇ ਹੋ ਔਰ ਤੁਸੀਂ ਬਹੁਤ ਸਾਰਾ ਕੰਮ ਇਹ ਦਿੱਤੇ ਕਿਤਾ ਹੈ ਤੇ ਸਾਡੇ ਦਰਸ਼ਕਾਂ ਨਾਲ ਥੋੜਾ ਜਿਨਾ ਸ਼ੇਅਰ ਕਰੋ ਕਿ ਤੁਹਾਨੂੰ ਕੀ ਮੁਸ਼ਕਿਲਾਂ ਨੇ ਤੁਹਾਡੇ ਸਫ਼ਰ ਦੇ ਬਾਰੇ ਵਿੱਚ ਤੁਸੀਂ ਕੁਝ ਕਹਿਣਾ ਪਸੰਦ ਕਰੋਗੇ ਵਿਸ਼ੇ ਪੰਜਾਬੀ ਕਾਨਫਰੰਸਾਂ ਦਾ ਜੋ سلسلہ ਹੈ ਮੈਂ ਲਗਾਤਾਰ ਪਿਛਲੀਆਂ ਜੋ ਕੈਨੇਡਾ ਦੀਆਂ ਪੰਜ ਕਾਨਫਰੰਸਾਂ ਉਹਦੇ ਵਿੱਚ ਸ਼ਮੂਲੀਅਤ ਵੀ ਕਰਦਾ ਰਿਹਾ ਤੇ ਮੇਰੀ ਪਾਰਟਿਸਪੇਸ਼ਨ ਇੱਕ ਤਰ੍ਹਾਂ ਨਾਲ ਆਰਗੇਨਾਈਜ਼ਰ ਦੇ ਵਿੱਚ ਐਜ਼ ਅ ਕੋਆਰਡੀਨੇਟਰ ਰਹੀ ਜਦੋਂ ਕੋਈ ਵੀ ਕੰਮ ਆਪਾਂ ਸ਼ੁਰੂ ਕਰਦੇ ਆ ਉਹਦੇ ਵਿੱਚ ਆਪਾਂ ਨੂੰ ਇੱਕ ਏਮ ਹੁੰਦਾ ਹੈ ਉਹ ਏਮ ਦੇ ਵਿੱਚ ਨੈਚੁਰਲੀ ਆ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਨੇ ਪਰ ਜੋ ਇਹਨਾਂ ਦੀ ਕਾਮਯਾਬੀ ਹੈ ਮੈਨੂੰ ਹਮੇਸ਼ਾ ਉਹਦਾ ਉਸ ਕਾਮਯਾਬੀ ਦੇ ਸਾਹਮਣੇ ਇਹ ਬਹੁਤ ਛੋਟੀਆਂ ਲੱਗੀਆਂ ਤੇ ਮੈਂ ਇਹਨਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕਰਨਾ ਹੀ ਠੀਕ ਸਮਝਦਾ ਰਿਹਾ ਜੋ ਕਾਮਯਾਬੀ ਹੈ ਉਹਦੇ ਸਾਹਮਣੇ ਜੋ ਮੁਸ਼ਕਿਲਾਂ ਆ ਮੈਨੂੰ ਕਦੇ ਮਹਿਸੂਸ ਨਹੀਂ ਹੁੰਦੀ ਆ ਵਰਲਡ ਪੰਜਾਬੀ ਕਾਨਫਰੰਸ ਹਮੇਸ਼ਾ ਸੂ ਜਵਾਨਾਂ ਦੇ ਲਈ ਬਹੁਤ ਜ਼ਿਆਦਾ ਅਟਰੈਕਸ਼ਨ ਦਾ ਬਾਇਸ ਰਹੀ ਔਰ ਇਸ ਸਿਲਸਿਲੇ 'ਚ ਤੁਸੀਂ ਬਹੁਤ ਵੱਡਾ ਕੰਮ ਕੀਤਾ ਕਿ ਤੁਸੀਂ ਇਹਦੀ ਇੱਕ ਹਿਸਟਰੀ ਜੀ ਬਣਾਈ ਜਿਹੜੀ ਕਿ 40 ਸਾਲ ਦੇ ਉੱਤੇ ਮੁਸ਼ਤਮਲ ਹੈ ਔਰ ਫਿਰ ਤੁਸੀਂ ਉਹਨੂੰ ਐਜ਼ ਅ ਬੁੱਕ ਕੰਪਾਈਲ ਕੀਤਾ ਤੇ ਥੋੜਾ ਜਿਨਾ ਸਾਡੇ ਦਰਸ਼ਕਾਂ ਦੇ ਨਾਲ ਇਹਦੇ ਬਾਰੇ ਵਿੱਚ ਵੀ ਤੁਸੀਂ ਸ਼ੇਅਰ ਕਰੋ ਕਿ ਤੁਸੀ ਇਹ ਖਿਆਲ ਤੁਹਾਨੂੰ ਕਿਉਂ ਆਇਆ ਔਰ ਇਸ ਕੰਟਰੀਬਿਊਸ਼ਨ ਤੇ ਤੁਹਾਨੂੰ ਕਿਹਦਾ ਮਹਿਸੂਸ ਹੋ ਰਿਹਾ ਜਦੋਂ ਮੈਂ 2015 ਦੇ ਵਿੱਚ ਕਨੇਡਾ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਸ਼ਿਰਕਤ ਕੀਤੀ ਤਾਂ ਲਗਾਤਾਰ ਇੱਕ ਗੱਲ ਦਾ ਜ਼ਿਕਰ ਹੁੰਦਾ ਸੀ ਕਿ ਪਹਿਲੀ ਵਾਰ 1980 ਦੇ ਵਿੱਚ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੋਈ ਉਸ ਕਾਨਫਰੰਸ ਦਾ ਇੱਕ ਦੁਹਰਾਓ ਹੁੰਦਾ ਸੀ ਉਹਦਾ ਜ਼ਿਕਰ ਹੁੰਦਾ ਸੀ ਪਰ ਕੋਈ ਇਹੋ ਜਿਹਾ ਦਸਤਾਵੇਜ਼ ਨਹੀਂ ਸੀਗਾ ਜਿਸ ਤੋਂ ਉਸ ਕਾਨਫਰੰਸ ਬਾਰੇ ਜਾਣਕਾਰੀ ਮਿਲਦੀ ਉਸ ਕਰਕੇ ਹਮੇਸ਼ਾ ਮੇਰੇ ਮਨ 'ਚ ਇਹ ਚੀਜ਼ ਹੁੰਦੀ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਦੇ ਰਿਲੇਟਡ ਕੁਝ ਪਤਾ ਕੀਤਾ ਜਾਵੇ ਪਰ ਜਦੋਂ ਮੈਂ ਥੋੜੀ ਜੀ ਕੋਸ਼ਿਸ਼ ਤੋਂ ਬਾਅਦ 1980 ਜਿਹੜੀ ਵਰਡਪਨ ਪੰਜਾਬੀ ਕਾਨਫਰੰਸ ਰਣਜੀਤ ਧੀਰੋਣਾ ਵੱਲੋਂ ਇੰਗਲੈਂਡ ਦੇ ਵਿੱਚ ਕਰਵਾਈ ਜਾਂਦੀ ਹੈ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਉਸ ਕਾਨਫਰੰਸ ਦੀ ਡੇਟਸ ਨਹੀਂ ਸੀ ਯਾਦ ਉਹਦੇ ਜੋ ਡੈਲੀਗੇਟਸ ਆਏ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਕੋਈ ਤਸਵੀਰਾਂ ਨਹੀਂ ਤਾਂ ਫਿਰ ਮੇਰੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ ਸੀ ਵੀ ਇਹ ਜੇ ਆਪਾਂ 40 ਸਾਲ ਦੇ ਵਿੱਚ ਅੱਜ ਉਹ ਸਿਲਸਿਲਾ ਜੋ ਇੰਗਲੈਂਡ ਤੋਂ ਸ਼ੁਰੂ ਹੋ ਕੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਫੈਲਿਆ ਹੈ ਜੇ ਆਪਣੇ ਕੋਲ 40 ਸਾਲ ਦੀ ਹਿਸਟਰੀ ਹੈ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹ ਪ੍ਰਬੰਧਕ ਵੀ ਕੁਝ ਸਮੇਂ ਬਾਅਦ ਇਸ ਦੁਨੀਆ ਤੋਂ ਚਲੇ ਜਾਣਗੇ ਜਾਂ ਬਹੁਤ ਸਾਰੇ ਹੋਰ ਅਜਿਹੇ ਕਾਰਨ ਹੋਣਗੇ ਵੀ ਇਹ ਚੀਜ਼ਾਂ ਸਾਨੂੰ ਕਿਤੇ ਮਿਲ ਨਹੀਂ ਹੈ ਫਿਰ ਮੈਂ 1983 ਦੇ ਵਿੱਚ ਇੱਕ ਕਾਨਫਰੰਸ ਹੁੰਦੀ ਹੈ ਜੋ ਡਾਕਟਰ ਵਿਸ਼ਵਨਤਵਾੜੀ ਕਰਦੇ ਆ ਉਹਦੇ ਰਿਲੇਟਡ ਦੇਖਦਾ ਤਾਂ ਉਹ ਵੀ ਕੁਝ ਨਹੀਂ ਮਿਲਦਾ ਹੈ ਇਸ ਚੀਜ਼ ਨੇ ਮੇਰੇ ਮਨ ਦੇ ਵਿੱਚ ਇਸ ਬਾਬਤ ਕੰਮ ਸ਼ੁਰੂ ਕਰਨ ਦੀ ਮੇਰੇ ਮਨ ਚ ਆਇਆ ਉਹ ਕੋਸ਼ਿਸ਼ ਦਾ ਨਤੀਜਾ ਇਹ ਹੋਇਆ ਕਿ ਮੈਂ ਕੜੀ ਦਰ ਕੜੀ ਜੁੜਦੀ ਗਈ 1980 ਇੰਗਲੈਂਡ 1983 ਇੰਡੀਆ 1983 ਬੈਂਕਾ 1986 ਚ ਪਾਕਿਸਤਾਨ 2003 ਦੇ ਵਿੱਚ ਫਿਰ ਇੰਗਲੈਂਡ ਦੇ ਵਿੱਚ ਹੁੰਦੀ ਹੈ 1997 ਚ ਪਹਿਲੀ ਵਾਰ ਅਮਰੀਕਾ ਦੇ ਵਿੱਚ ਹੁੰਦੀ ਹੈ ਤੇ ਇਹ ਸਿਲਸਿਲਾ ਤੇ ਮੇਰਾ ਇੰਟਰਸਟ ਬਣਦਾ ਗਿਆ ਦੇ ਉਹ ਸਾਰਾ ਕੁਝ ਮੈਂ ਇੱਕ ਲੰਬੀ ਰਿਸਰਚ ਸੀ ਪਰ ਮੈਂ ਮਹਿਸੂਸ ਕਰਦਾ ਹਾਂ ਜੋ ਉਸ ਤੋਂ ਬਾਅਦ ਕਿ ਜੇ ਮੈਂ ਇਹ ਕੰਮ ਨਾ ਕਰਦਾ ਸ਼ਾਇਦ ਇਹ ਸਾਰਾ ਕੁਝ ਸਮੇਂ ਦੇ ਨਾਲ ਨਾਲ ਕਿਤੇ ਖੰਡਪੁਰ ਜਾਣਾ ਸੀ ਤੇ ਮੈਨੂੰ ਬਹੁਤ ਤਸੱਲੀ ਹੈ ਕਿ ਪਹਿਲੀ ਵਾਰ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਇਤਿਹਾਸ ਤੇ ਕੰਮ ਹੋਇਆ ਤੇ ਉਸ ਦੀ ਸਫਲਤਾ ਦਾ ਨਤੀਜਾ ਤੁਸੀਂ ਦੇਖ ਰਹੇ ਹੋ ਕਿ ਅੱਜ ਹਰ ਪਾਸੇ ਉਹ ਗੱਲ ਹੋ ਰਹੀ ਹੈ ਚਲੋ ਸਭ ਤੁਸੀਂ ਥੋੜਾ ਜਿਨਾ ਸਾਨੂੰ ਇਸ ਖਾਸ ਤੌਰ ਤੇ ਜਿਹੜੀ ਸਾਡੀ ਅਨਟੈਰੀਓ ਵਿੱਚ 2009 ਤੋਂ ਅੱਜ ਤੱਕ ਜਿਹੜੀ ਸਾਡੀ ਕਾਨਫਰੰਸਸ ਹੋਈਆਂ ਨੇ ਉਹਨਾਂ ਦੇ ਬਾਰੇ ਵਿੱਚ ਦੱਸੋ ਕਿ ਉਹਨਾਂ ਦਾ ਕੀ ਬੈਨੀਫਿਟ ਹੈ ਉਹਨਾਂ ਨੇ ਕੀ ਆਪਣਾ ਕੰਟ੍ਰਿਬਿਊਟ ਕੀਤਾ ਹੈ ਕੀ ਹਿੱਸਾ ਪਾਇਆ ਕੀ ਯੋਗਦਾਨ ਪਾਇਆ ਹੈ ਪੰਜਾਬੀਆਂ ਦੇ ਐਜੂਕੇਸ਼ਨਲ ਸਿਸਟਮ ਦੇ ਉੱਤੇ ਜਾਂ ਪੰਜਾਬੀਆਂ ਦੇ ਬ੍ਰੇਨਸਟਾਰਮਿੰਗ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਕੈਨੇਡਾ ਵਾਲੀ ਵਰਲਡ ਪੰਜਾਬੀ ਕਾਨਫਰੰਸ ਦੀ ਖਾਸੀਅਤ ਹੈ ਉਹ ਇੱਕ ਦੁਨੀਆ ਦੇ ਵਿੱਚ ਲੀ ਪਈ ਹੈ ਇੱਕ ਇਹੋ ਜਿਹੀ ਚੀਜ਼ ਹੋਈ ਹੈ ਕਿ ਅਸੀਂ 2009 ਤੋਂ 2022 ਚੱਲ ਰਿਹਾ ਹੈ ਨਿਰੰਤਰ ਇਸ ਕਾਨਫਰੰਸ ਹੋ ਰਹੀ ਹੈ ਕਿਸੇ ਚੀਜ਼ ਦੀ ਨਿਰੰਤਰਤਾ ਨੂੰ ਕਾਇਮ ਰੱਖਣਾ ਆਪਦੇ ਆਪ ਦੇ ਵਿੱਚ ਇੱਕ ਰਿਕਾਰਡ ਹੁੰਦਾ ਮੈਂ ਜਿੰਨੀਆਂ ਵੀ ਕਾਨਫਰੰਸਾਂ ਤੇ ਰਿਸਰਚ ਕੀਤੀ ਜਾਂ ਦੇਖਿਆ ਬਹੁਤੀਆਂ ਕਾਨਫਰੰਸਾਂ ਇੱਕ ਜਾਂ ਦੋ ਹੀ ਹੋ ਸਕੀਆਂ ਦੂਜਾ ਇਸ ਕਾਨਫਰੰਸ ਦੀ ਜੋ ਇੱਕ ਖਾਸੀਅਤ ਹੈ ਕਾਨਫਰੰਸ ਹੁੰਦੀ ਹੈ ਦੁਨੀਆ ਭਰ ਦੇ ਵਿਦਵਾਨ ਇਕੱਠੇ ਹੁੰਦੇ ਆ ਡਿਸਕਸ਼ਨ ਹੁੰਦੀ ਹੈ ਪਰ ਉਸ ਸਮੇਂ ਦੇ ਨਾਲ ਨਾਲ ਗੱਲਾਂ ਕਿਤੇ ਨਾ ਕਿਤੇ ਖਤਮ ਹੋ ਜਾਂਦੀਆਂ ਨੇ ਉਹਦੀ ਪ੍ਰਸੀਡਿੰਗ ਸਭ ਤੋਂ ਜ਼ਰੂਰੀ ਹੁੰਦੀ ਹੈ ਤਾਂ ਉਸ ਤੋਂ ਜਿਹੜਾ ਅਗਲਾ ਸਟੈਪ ਹੁੰਦਾ ਹੈ ਉਸ ਕਾਨਫਰੰਸ ਦੇ ਵਿੱਚ ਜੋ ਡਿਸਕਸ਼ਨ ਹੋਈ ਉਹਦਾ ਨਤੀਜਾ ਕੀ ਨਿਕਲਿਆ ਮੈਂ ਇੱਕ ਗੱਲ ਖਾਸ ਤੌਰ ਤੇ ਕਰਨੀ ਚਾਹਣਾ ਜਦੋਂ 2015 ਦੇ ਵਿੱਚ 2015 ਦੇ ਵਿੱਚ ਕਾਨਫਰੰਸ ਹੁੰਦੀ ਹੈ ਉਹਦੇ ਵਿੱਚ ਇੱਕ ਜੋ ਕੀਨੋਟ ਅਡਰੈਸ ਹੈ ਉਹਦੇ ਵਿੱਚ ਇੱਕ ਗੱਲ ਚੱਲਦੀ ਹੈ ਕਿ ਦੁਨੀਆ ਭਰ ਦੇ ਵਿੱਚ ਜੋ এডੂਕੇਸ਼ਨ ਸਿਸਟਮ ਹੈ ਉਹਦੇ ਵਿੱਚੋਂ ਮੋਰਲ ਵੈਲਿਊਜ਼ ਖਤਮ ਹੋ ਰਹੀਆਂ ਜਦ ਕਿ ਪੰਜਾਬੀ ਕਲਚਰ ਹੈ ਜੋ ਪੰਜਾਬੀ ਇਤਿਹਾਸ ਹੈ ਉਹਦੇ ਵਿੱਚ ਮੋਰਲ ਵੈਲਿਊਜ਼ ਦੀ ਬਹੁਤ ਵੱਡੀ ਡेंसिटी ਉਹ ਸਾਡੀ এডੂਕੇਸ਼ਨ ਸਿਸਟਮ ਚੋਂ ਮੰਨਫੀ ਹੋਣਾ ਤੇ 2015 ਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਇਹ ਗੱਲ ਚੱਲਨੀ ਉਸ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਅਸੀਂ 2017 ਦੇ ਵਿੱਚ ਕਿਤਾਬ ਐਡਿਟ ਕਰਦੇ ਹਾਂ ਉਹਦਾ ਨੈਤਿਕ ਨਿਜਮ 2019 ਦੇ ਵਿੱਚ ਸਾਡੀ ਕੋਸ਼ਿਸ਼ਾ ਸਰਕਾਰ ਇਸ ਕਾਨਫਰੰਸ ਦੇ ਕੋਸ਼ਿਸ਼ਾ ਸਰਕਾਰ ਪੰਜਾਬ ਸਰਕਾਰ ਉਹਨੂੰ ਵਿਸ਼ੇ ਵਜੋਂ ਲੱਗਣ ਦੀ ਮਾਨਤਾ ਦਿੰਦੀ ਹੈ ਤੇ ਅੱਜ ਉਹ ਕਿਤਾਬ ਲਾਹੌਰ ਯੂਨੀਵਰਸਿਟੀ ਦੇ ਵਿੱਚ ਸ਼ਾਮੁਖ ਦੇ ਵਿੱਚ ਨਿਵਾਦ ਹੁੰਦੀ ਹੈ ਤੇ ਉੱਥੇ ਪੜ੍ਹਾਇ ਜਾਂਦੀ ਹੈ ਮੇਰੇ ਖਿਆਲ ਦੇ ਵਿੱਚ ਇਹ ਇਹਨਾਂ ਕਾਨਫਰੰਸਾਂ ਦੇ ਵਿੱਚ ਜੇ ਇਹ ਗੱਲ ਚੱਲੀ ਉਸ ਦਾ ਨਤੀਜਾ ਹੈ ਕਿ ਅੱਜ ਦੁਨੀਆ ਦੇ ਵਿੱਚ ਇੱਕ ਸਬਜੈਕਟ ਦੇ ਤੌਰ ਤੇ ਪੜਾਇਆ ਜਾਣਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਭਕਾਮਨਾਵਾਂ ਔਰ ਅੱਛਾ ਕੰਮ ਤੁਸੀਂ ਜਾਰੀ ਰੱਖੋ ਔਰ ਤੁਹਾਡੇ ਨਾਲ ਪਰਮਾਤਮਾ ਸਾਥ ਦਿੰਦੀ ਰਹੇ ਬਹੁਤ ਬਹੁਤ ਸ਼ੁਕਰੀਆ वेलकम बैक गल हो रही है वर्ल्ड पंजाबी कॉन्फ्रेंस 2022 हाउ टू कांटेक्ट एंड हाउ टू बी पार्ट ऑफ दिस कॉन्फ्रेंस इस वेले मेरे को मौजूद ने सरदोल सिंह थियारा साहब थोनों तो बहुत बहुत निगाह स्वागत जी सतम थियारा साहब सब तो पहले तो तुसी दसो कि इस कॉन्फ्रेंस शामिल होने चीज़ जरूरी है और ओपन है या ए खास रिक्वायरमेंट्स ने ਦੇਖੋ ਜੀ ਕਾਨਫਰੰਸ ਸ਼ਾਮਲ ਹੋਣ ਲਈ ਬਿਲਕੁਲ ਓਪਨ ਹੈ ਜੀ ਅਸੀਂ ਤੇ ਰਿਕਵੈਸਟ ਕਰਦੇ ਹਾਂ ਸਾਰਿਆਂ ਨੂੰ ਕਿ 24 25 26 ਜੂਨ ਸੈਂਚਰੀ ਗਾਰਡਨ ਰਿਕ੍ਰੀਏਸ਼ਨ ਸੈਂਟਰ 340 ਬੁੱਡਨ ਸਟਰੀਟ ਈਸਟ ਬ੍ਰੈਂਪਟਨ ਵਿੱਚ ਸਵੇਰੇ ਸਾਰੇ ਹੀ 10:30 ਵਜੇ ਪਹੁੰਚ ਜਾਣ 10:30 ਤੋਂ ਲੈ ਕੇ 5 ਵਜੇ ਤੱਕ ਬਿਲਕੁਲ ਨਾਨਸਟਾਪ ਪ੍ਰੋਗਰਾਮ ਤਿੰਨੇ ਦਿਨ ਹੋਊਗਾ 24 25 26 ਨੂੰ ਕੋਈ ਉੱਥੇ ਫੀਸ ਨਹੀਂ ਉੱਥੇ ਰਜਿਸਟ੍ਰੇਸ਼ਨ ਹੋਊਗੀ ਤਾਂ ਕਿ ਸਾਨੂੰ ਪਤਾ ਲੱਗੇ ਕਿ ਕੌਣ ਕੌਣ ਸਾਡੇ ਜਿਹੜੇ ਸਵੇਰ ਦੇ ਲੋਕ ਹਨ ਉੱਥੇ ਆਏ ਹਨ ਉਹ ਰਜਿਸਟਰ ਖੜਾ ਕੇ ਅੰਦਰ ਬੈਠ ਸਕਦੇ ਹੋ ਤੁਹਾਡਾ ਇਹ ਲੰਬਾ ਸਫਰ ਹੈ ਤੁਸੀਂ ਵਰਲਡ ਪੰਜਾਬੀ ਕਾਨਫਰੰਸ ਵਿੱਚ ਬਹੁਤ ਦੇਰ ਤੋਂ ਜੁੜੇ ਹੋ ਪਾਇਨियर्स ਵਿੱਚੋਂ ਉਹ ਉਹ ਲੋਕ ਜਿਨ੍ਹਾਂ ਨੇ ਨੀਂਆ ਰੱਖਿਆ ਸਨ ਇਹਦੀਆਂ ਉਹਦੇ ਵਿੱਚ ਸ਼ਾਮਿਲ ਹੋ ਤੇ ਤੁਸੀਂ ਕੀ ਸਮਝਦੇ ਹੋ ਕਿ ਇਸ ਸਫਰ ਦੇ ਵਿੱਚ આજ ਤੱਕ ਜੋ ਕੁਝ ਤੁਸੀਂ ਕੀਤਾ ਉਹਦਾ ਕੀ ਕੰਟਰੀਬਿਊਸ਼ਨ ਹੈ ਜਾਂ ਉਹਦਾ ਕੀ ਤੁਸੀਂ ਯੋਗਦਾਨ ਪਾਇਆ ਹੈ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਅਮ ਸਾਡੇ ਲਈ ਇੱਕ ਬਹੁਤ ਵੱਡਾ ਲੰਮਾ ਚੈਪਟਰ ਹੈ ਕਿਉਂਕਿ ਇਸ ਕੰਮ ਲਈ ਸਾਨੂੰ ਬਹੁਤ ਸ਼ਰਮ ਲੱਗਾ ਅਸੀਂ ਫੀਲ ਕਰਦੇ ਹਾਂ ਕਿ ਅਸੀਂ ਪੰਜਾਬੀ ਬੋਲੀ ਲਈ ਜਿਹੜੀ ਕਿ ਲੰਦੇ ਪੰਜਾਬ ਦੀ ਛੜ ਦੇ ਪੰਜਾਬ ਦੀ ਛੱਟ ਕੇ ਹੁਣ ਤਾਂ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਪੰਜਾਬੀ ਜ਼ ਭਰੇ ਪਏ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਅਸੀਂ ਕੁਛ ਨਾ ਕੁਛ ਦੇ ਸਕੀਏ ਸਭ ਤੋਂ ਪਹਿਲਾਂ ਤਾਂ ਅਸੀਂ اخلاق ਦੀ ਇੱਕ ਕਿਤਾਬ ਤਿਆਰ ਕੀਤੀ ਜਿਹੜੀ ਕਿ ਸਾਨੂੰ ਬੜੀ ਖੁਸ਼ੀ ਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਪਾਕਿਸਤਾਨ ਦੇ ਜਿਹੜੇ ਵਾਈਸ ਚਾਂਸਲ ਸਾਹਿਬ ਹਨ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਸ ਬੁੱਕ ਨੂੰ ਉਹ ਸ਼ਾਮੁਖੀ ਬੇ ਟ੍ਰਾਂਸਫਰ ਕਰਕੇ اخلاق ਦੀ ਬੁੱਕ ਨੂੰ ਉੱਥੇ ਸਬਜੈਕਟ ਲਾਉਣਗੇ ਜਿਹੜਾ ਕੋਈ ਲਾਤਾ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਈਸ ਚੈਂਸਟਰ ਸਾਹਿਬ ਦਾ ਤੇ ਇਹ ਜਿਹੜੀ ਬੁੱਕ ਹੈ ਜੀ ਇਹ ਅਸੀਂ ਇੰਡੀਆ ਦੇ ਵਿੱਚ ਵੀ ਕੋਈ ਪੰਜਾਬ ਦੇ ਵਿੱਚ 50 ਹਜ਼ਾਰ ਦੇ ਕਰੀਬ ਸਕੂਲਾਂ 'ਚ ਵੰਡ ਚੁੱਕੇ ਆਂ ਤੇ ਅਸੀਂ ਬਹੁਤ ਸਾਰੇ ਬੱਚਿਆਂ ਦੇ ਹੱਥਾਂ 'ਚ ਵੀ ਲੈ ਚੁੱਕੇ ਆਂ ਸਾਡੀ ਕੋਸ਼ਿਸ਼ ਆ ਕਿ ਜਿਹੜਾ اخلاق ਹੁਣ ਆਪਾਂ ਨਹੀਂ ਸਿੱਖ ਸਕੇ ਘਰਾਂ ਤੋਂ ਕਿਉਂਕਿ ਜੁਆਇੰਟ ਫੈਮਲੀਜ਼ ਨਹੀਂ ਦੀਆਂ ਅਸੀਂ ਯਾ ਫੁੱਫੀਆਂ ਤਾਣੀਆਂ ਭੂਆ ਕਿਤੇ ਇਹਨਾਂ ਨੇ ਹੁਣ ਕਿਉਂ ਜੁਆਇੰਟ ਫੈਮਲੀ ਆ ਆ ਉਹ ਉਹ ਜੋ ਕਰੈਕਟਰ ਹੈ ਪਰ ਨਹੀਂ ਮਿਲ ਰਹਾ ਉਹ ਅਸੀਂ ਇਸ ਕਿਤਾਬ ਵਿੱਚ ਪੇਸ਼ ਕੀਤਾ ਤਾਂ ਕਿ ਸਾਡੇ ਜਿਹੜੇ ਸਾਡੇ ਆਉਣ ਵਾਲੀ ਪਨੀਰੀ ਆ ਉਹਨੂੰ ਪੜ੍ਹ ਕੇ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਟਾਂਚ ਸਕਦੇ ਆ ਅ ਧਿਆਰਾ ਸਾਹਿਬ ਐਤੋਂ ਤੁਸੀਂ ਗੱਲ ਕੀਤੀ ਕਿ ਤੁਸੀਂ ਅਮ ਕਿਤਾਬ ਦੇ ਹਵਾਲੇ ਨਾਲ ਜ਼ੁਬਾਨ ਦੇ ਹਵਾਲੇ ਨਾਲ ਐਜੂਕੇਸ਼ਨ ਵਿੱਚ ਤੁਸੀਂ ਕੀ ਕੰਮ ਕਰ ਰਹੇ ਹੋ ਹੁਣ ਅਸੀਂ ਪਾਸਿਆਂ ਤੇ ਥੋੜੀ ਗੱਲ ਨੂੰ ਲੈ ਕੇ ਚੱਲਨੇ ਆ ਕਿ ਗਲੋਬਲ ਸਿਨੈਰੀਓ ਵੇ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਰਹੀਆਂ ਨੇ ਤੇ ਪੰਜਾਬੀ ਕਾਨਫਰੰਸ ਕਰਵਾਣਾ ਇਸ ਵੇਲੇ ਤੁਸੀਂ ਕੀ ਸਮਝਦੇ ਹੋ ਕਿੰਨਾ ਅਹਿਮ ਹੈ ਅ ਦੇਖੋ ਜੀ ਬਹੁਤ ਅਹਿਮ ਸਬਜੈਕਟਾ ਬਹੁਤ ਅਹਿਮ ਚੈਰੀ ਕਰਨੀ ਪੈਂਦੀ ਆ ਪਰ ਸਾਨੂੰ ਬੜਾ ਮਾਣ ਆ ਕਿ ਜਿਹੜੀ ਸਾਡੀ ਟੀਮ ਆ ਨਾ ਜੀ ਉਹ ਸਾਡੇ ਨਾਲ ਹਰ ਤਰ੍ਹਾਂ ਨਾਲ ਸਹਿਯੋਗੀ ਆ ਤਨੋਂ ਮਨੋਂ ਧਨੋਂ ਇਸ ਕਰਕੇ ਸਾਨੂੰ ਕੋਈ ਬੜਾ ਮੁਸ਼ਕਲ ਨਹੀਂ ਸਾਡੀ ਟੀਮ ਦੇ ਕੈਪਟਨ ਸਰ ਅਗਯਪ ਸਿੰਘ ਚੱਠਾ ਜੀ ਸਾਡੇ ਸੈਕਟਰੀ ਸਾਹਿਬ ਸਨਾਤ ਸੋਕ ਸਿੰਘ ਸੰਧੂ ਜੀ ਸ਼ੀਰਾ ਜੀ ਸੰਜੀਤ ਸਿੰਘ ਜੀ ਕਮਲਜੀਤ ਸਿੰਘ ਹੇਰ ਜੀ ਕਰੋਜਨ ਸਿੰਘ ਅਟਵਾਲ ਜੀ ਜਗENDER ਸਿੰਘ ਬਾਜਵਾ ਜੀ ਬਹੁਤ ਸਾਰੀਆਂ ਮਹਾਨ ਸ਼ਖਸੀਤਾਂ ਜੀ ਆਪਣੇ ਟੀਮਾ ਸਾਹਿਬ ਦਲਵੀਰ ਸਿੰਘ ਕਥੂਰੀਆ ਇਹ ਬੰਦੇ ਇੰਨੇ ਨੇ ਵਧੀਆ ਕੰਮ ਕਰਦੇ ਆ ਪੰਜਾਬੀ ਬੋਲੀ ਦੇ ਤੁਸੀਂ ਕਿੰਨੇ ਕਰ ਸਕਦੇ ਜੇਬਾਂ 'ਚ ਪੈਸੇ ਪਾਉਂਦੇ ਆ ਟਾਈਮ ਸਪੈਂਡ ਕਰਦੇ ਆ ਕਥੂਰੀਆ ਸਾਹਿਬ ਨੇ ਸਾਨੂੰ ਇੱਕ ਖੁੱਲੀ ਛੁੱਟੀ ਆ ਕਿ ਜੋ ਵੀ ਫੂਡ ਹੋਊਗਾ ਮੈਂ ਸਪਲਾਈ ਕਰੂੰਗਾ ਤਿੰਨੇ ਦਿਨੇ ਇਦਾਂ ਦੀ ਮਹਾਨਾ ਜੇ ਸਾਡੇ ਨਾਲ ਜੁੜੀਆਂ ਆ ਕੋਬੜਾ ਮੁਸ਼ਕਲ ਨਹੀਂ ਪਰ ਅਰੇਂਜ ਕਰਨਾ ਪੈਂਦਾ ਖੁਸ਼ੀ ਵਾਲੀ ਗੱਲ ਇਹ ਆ ਕਿ ਅਸੀਂ ਪ੍ਰਬੰਧਕ ਵੀ ਆਪਾਂ ਜੀ ਪਰ ਅਸੀਂ ਪੈਸੇ ਵੀ ਆਪ ਪਾਉਨੇ ਆ ਇਕੱਠੇ ਕਰਦੇ ਆ ਤੇ ਖਰਚੇ ਵੀ ਆਪ ਬਹੁਤ ਸਾਰੇ ਕਾਨਫਰੰਸ ਹੋ ਜਾਂ ਜਿਨ੍ਹਾਂ ਨੇ ਪੈਸੇ ਕਿਸੇ ਦੇ ਸੀ ਖਰਚੇ ਕਿਸੇ ਦਾ ਸੀ ਪ੍ਰਬੰਧ ਕਿਸੇ ਦਾ ਸੀ ਉਹਨੇ ਮੁੜ ਕੇ ਨਹੀਂ ਕਰਾਇਆ ਇਸੇ ਕਰਕੇ ਹੀ ਸਾਡੀ ਹਰ ਦੂਜੇ ਸਾਲ ਇੱਕ ਕਾਨਫਰੰਸ ਹੁੰਦੀ ਆ ਤੁਸੀਂ ਕੀ ਸਮਝਦੇ ਹੋ ਕਿ ਤੁਹਾਨੂੰ ਇਹਦਾ ਫੀਡਬੈਕ ਕਿਸ ਤਰ੍ਹਾਂ ਦਾ ਮਿਲਿਆ ਹਾਲੇ ਤੱਕ ਇਹਦਾ ਫੀਡਬੈਕ ਬਹੁਤ ਵਧੀਆ ਮਿਲਿਆ ਜੀ ਸਾਡੇ ਲੈ ਕੇ ਜਿਹੜੇ ਬਹੁਤ ਸਾਰੇ ਬੁੱਧੀਜੀਵੀਨ ਹੋਏ ਆ ਅਸੀਂ ਇਹ ਜਿਹੇ ਬਹਾਨੇ ਨਾਲ ਹੀ ਪਾਕਿਸਤਾਨ 'ਚ 5-6 ਵਰ ਜਾਏ ਆ ਜੀ ਅਸੀਂ ਸਾਡੀ ਬੜੀ ਖੁਸ਼ਕਿਸਮਤੀ ਆ ਕਿ ਸਾਡੇ ਜੋੜੇ ਪਾਕਿਸਤਾਨੀ ਪੰਜਾਬੀ ਭਰਾ ਹਨ ਉਹ ਸਾਡਾ ਬਹੁਤ ਸਤਿਕਾਰ ਕਰਦੇ ਹਨ ਸਾਨੂੰ ਬਹੁਤ ਇੱਜ਼ਤ ਦਿੰਦੇ ਹਨ ਸਾਨੂੰ ਉਹ ਹਰਥਾਂ ਲਈ ਫਿਰਦੇ ਹਨ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਉਹਨਾਂ ਦੇ ਸਾਰੇ ਕੀਤੇ ਹਨ ਜਿਹੜੇ ਕਿ ਸਾਡੇ ਬਹੁਤ ਚੰਗੀ ਕਿਸਮਤ ਹੈ ਸੀ ਜਿਹੜੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੇ ਅਸਥਾਨਾਂ ਦੇ ਦਰਸ਼ਨ ਕੀਤੇ ਆ ਇੱਕ ਪੰਜਾਬੀ ਕਾਨਫਰੰਸ ਦਾ ਬਹੁਤ ਵੱਡਾ ਫਾਇਦਾ ਜੀ ਸਾਡੇ ਲਿੰਕ ਜਿਹੜੇ ਬਹੁਤ ਸਾਰੇ ਬੁੱਧੀਜੀਵਨ ਜੁੜੇ ਆ ਜਿਨ੍ਹਾਂ ਤੋਂ ਸਾਨੂੰ ਕੁਝ ਬਹੁਤ ਸਿੱਖਣ ਨੂੰ ਮਿਲਦਾ ਜੀ ਪਰ ਸਾਨੂੰ ਉਹ ਇੱਥੇ ਆ ਕੇ ਸਾਡੇ ਕਾਨਫਰੰਸ ਵਿੱਚ ਸਾਨੂੰ ਆਇਆ ਸਾ तकरीबन 50 ਦੇ ਕਰੀਬ ਬੁੱਧੀਜੀਵੀ ਵੱਖਰੇ ਵੱਖਰੇ ਮੋਲਕਾਂ ਤੋਂ ਆਉਣਗੇ ਤਾਂ ਕਿ ਉਹ ਇਸ ਆਪਣੀ ਜਿਹੜੀ ਜਿਹੜੀ ਉਹਨਾਂ ਦੀ ਲਿਆਕਤ ਆ ਉਹ ਸਾਡੇ ਆਡੀਅੰਸ ਤੱਕ ਪਹੁੰਚਾ ਸਕਣ ਅਸੀਂ ਉਹਨਾਂ ਕੋਲੋਂ ਬਹੁਤ ਕੁਝ ਸਿੱਖ ਸਕੀਏ ਹੁਣ ਆਖਿਰੇ ਜੀ ਥਿਆਰਾ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਖਾਸ ਮੈਸੇਜ ਦੇਣਾ ਚਾਹੋ ਜਾਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਜਨਰਲੀ ਜਾਂ ਇਸ ਕਾਨਫਰੰਸ ਦੇ حوالے ਨਾਲ ਇਸ ਕਾਨਫਰੰਸ ਵਾਲੇ ਦੀ ਗੱਲ ਇਹ ਆ ਜੀ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਪੰਜਾਬੀ ਬੋਲਦੇ ਸਾਡੇ ਭਾਈਚਾਰੇ ਇੱਥੇ ਹਿੰਦੁਸਤਾਨੀ ਪਾਕਿਸਤਾਨੀ ਇੰਗਲੈਂਡ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਆਏ ਹੋਣ ਤੁਸੀਂ ਸਾਰੇ ਹਮੇਵਾਂ ਕੇ ਪੁੱਜੋ ਅਸੀਂ ਉੱਥੇ ਸਵੇਰ ਨੂੰ ਬ੍ਰੇਕਫਾਸਟ ਜੀ ਦੁਪਹਿਰ ਨੂੰ ਲੰਚ ਸ਼ਾਮ ਨੂੰ ਐਪਟਾਈਜ਼ਰ ਅਸੀਂ ਸਪਲਾਈ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ 3 ਦਿਨ ਦਾ ਪ੍ਰੋਗਰਾਮ ਹੋਊਗਾ ਇਹੋ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿੱਦਿਆਂ ਪਹਿਲਾਂ ਸਾਡੀ ਕਾਨਫਰੰਸ ਐਜ਼ ਔਨ ਟਾਈਮ ਡਿਸਪਲਨ ਹੋ ਜਾ ਤੁਹਾਨੂੰ ਉਹੋ ਜਿਹੇ ਨਮੂਨਾ ਪੇਸ਼ ਕਰਨ ਨੂੰ ਮਿਲੂਗਾ ਅਸੀਂ ਅੱਜ ਤੱਕ ਕਦੀ ਵੀ ਕੋਈ ਆਪਣਾ ਫੰਕਸ਼ਨ ਟਾਈਮ ਸੇ ਸ਼ੁਰੂ ਕੀਤਾ ਟਾਈਮ ਸੇ ਮੁਕਾਇਆ ਕਿ ਹਰ ਆਏ ਗੈਸਟ ਦੀ ਰਿਸਪੈਕਟ ਕੀਤੀ ਆ ਤੇ ਉਹਨਾਂ ਕੋਲੋਂ ਬਹੁਤ ਸਾਰਾ ਅਸੀਂ ਆਪਣੀ ਮਾਣ ਪ੍ਰਾਪਤ ਕੀਤਾ ਸਾਨੂੰ ਬੜਾ ਮਾਣ ਕਿ ਤੁਸੀਂ ਤੁਸੀਂ ਜਿਹੜੀ ਪਾਕਿਸਤਾਨ ਦੀ ਟੀਮ ਆ মিডিਆ ਦੀ ਤੁਸੀਂ ਉਹਦੇ ਹੈਡ ਆ ਕੁਸ਼ੀ ਜਿਹਨਾਂ ਤੁਹਾਡਾ ਸਾਥ ਦਿੱਤਾ ਅਜੇ ਤੱਕ ਕਿਸੇ ਨੇ ਨਾ ਸਾਡਾ ਪਾਕਿਸਤਾਨ ਟੀਮ ਨੇ ਨਹੀਂ ਦਿੱਤਾ ਪਰ ਬਹੁਤ ਸਾਰੇ ਸਾਡੇ ਪਾਕਿਸਤਾਨੀ ਵੀਰ ਆਉਂਦੇ ਆ ਅਸੀਂ ਉੱਥੇ ਜੋ ਰੋਜ਼ਾਨਾ ਪਾਕਿਸਤਾਨ ਸਾਡੀ ਬਹੁਤ ਖੇਦਮਤ ਕਰਦੇ ਆ ਪਰ ਜੋ ਤੁਸੀਂ ਸੇਵਾ ਕਰਦੇ ਹੋ ਉਹ ਬਹੁਤ ਅਨਮੁੱਲੀ ਸੇਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਬੜੀਆਂ ਬੜੀਆਂ ਸ਼ੁਭ ਕਾਮਨਾਵਾਂ ਥੈਂਕ ਯੂ ਕਿਉਂਕਿ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ ਔਰ ਹਰ ਸਾਲ ਲੋਕਾਂ ਨੂੰ ਮੌਕਾ ਮਿਲਦਾ ਹੈ ਕਿ ਸਾਰੇ ਬੈਠ ਕੇ ਬ੍ਰੇਨਸਟ੍ਰੋਮਿੰਗ ਕਰਦੇ ਨੇ ਬਹੁਤ ਬਹੁਤ 24 25 26 ਜੂਨ ਸ਼ੁਕਰ ਸ਼ਨੀਚਰ ਐਟ ਸੈਂਚਰੀ ਗਾਰਡਨ ਰਿਕਰੀਏਸ਼ਨ ਸੈਂਟਰ 340 ਬੁੱਡਨ ਸਟਰੀਟ ਈਸਟ ਬ੍ਰੈਂਪਟਨ ਵਿੱਚ ਹੋਣ ਜਾ ਰਹੇ ਆ ਸਾਰਿਆਂ ਨੇ ਟਾਈਮ ਕੱਢ ਕੇ ਆਉਣਾ ਤੇ ਇਸ ਕਾਨਫਰੰਸ ਤੇ ਬੁੱਧੀਜੀਵਕ ਪੜਵਾ ਆਪਾਂ ਲਾਹਾ ਲੈਣਾ ਤਾਂ ਕਿ ਆਪਣੀ ਜ਼ਿੰਦਗੀ ਵਿੱਚ ਆਪਾਂ ਇਹ ਗੱਲਾਂ ਨੂੰ ਢਾਲ ਕੇ ਆਪਣੇ ਆਉਣ ਵਾਲੇ ਪੰਨੇਡ ਨੂੰ ਦਰਸ਼ਕੀਏ ਇੱਕ ਛੋਟੀ ਜੀ ਗੱਲ ਹੋਰ ਆ ਜੀ ਸਾਡੀ ਇਹ ਜਿਹੇ ਬੰਦੀ ਨੇ ਕਾਇਦਾ ਨੂਰ ਜੋ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕੀਤਾ ਸੀ ਉਹਦੀ ਅਸੀਂ ਕਾਪੀ ਤਿਆਰ ਕੀਤੀ ਆ ਖੁਸ਼ੀ ਵਾਲੀ ਗੱਲ ਇਹ ਆ ਉਹਦੇ ਵਿੱਚ ਚਾਰ ਲੈਂਗੁਏਜ ਹਨ ਹਿੰਦੀ ਪੰਜਾਬੀ ਇੰਗਲਿਸ਼ ਤੇ ਸ਼ਾਮੁਖੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਸ ਵੀ ਵਿਅਕਤੀ ਨੂੰ ਇੱਕ ਲੈਂਗੁਏਜ ਆਉਂਦੀ ਹੋਵੇ ਉਸ ਤੋਂ ਬਾਕੀ ਤਿੰਨ ਲੈਂਗੁਏਜ ਸਿੱਖ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਕਾਨਫਰੰਸ ਤੇ ਕੈਦਾ ਨੂਰ ਤੁਹਾਡੀ ਸਹਾਇਤਾ ਨਾਲ ਉੱਥੇ ਅਸੀਂ ਉਹਨੂੰ ਰਿਲੀਜ਼ ਕਰ ਸਕੀਏ ਬਹੁਤ ਬਹੁਤ ਧੰਨਵਾਦ ਮੇਰਵਾਨੀ ਸਲਾਮ ਅਲੈਕਮ ਦਰਸ਼ਕੋ ਆਪਣੀ ਡੇਟਸ ਨੂੰ ਬੁੱਕ ਕਰੋ 24 26 ਜੂਨ ਔਰ ਸੈਂਚਰੀ ਸੈਂਚਰੀ ਹਾਲ ਜਿਹੜਾ ਕਿ ਬ੍ਰੈਂਪਟਨ ਹੈਚੇ ਉਹਦੇ ਚ ਪੂਰੀ ਫੈਮਲੀ ਤੁਸੀਂ ਪੂਰੀ ਫੈਮਲੀ ਦੇ ਨਾਲ ਆ ਸਕਦੇ ਹੋ ਅਟੈਂਡ ਕਰ ਸਕਦੇ ਹੋ ਸਾਡੇ ਬਹੁਤ ਅੱਛੇ ਸੂਝਮਾਨ ਆਣਗੇ ਆਪਣਾ ਪੇਪਰ ਪੜ੍ਹਨਗੇ ਐਂਟਰਟੇਨਮੈਂਟ ਵੀ ਹੋਏਗੀ ਕਲਚਰਲ ਗੱਲਾਂ ਵੀ ਹੋਣਗੀਆਂ ਔਰ ਉਹਦੇ ਨਾਲ ਨਾਲ ਤੁਸੀਂ ਥੋੜੀ ਦੇਰ ਰਿਲੈਕਸ ਵੀ ਕਰੋਗੇ ਇਨਸਬ ਕਮਾਂ ਵਾਸਤੇ ਡੇਟਸ ਬੁੱਕ ਕਰ ਲੋ 24 26 ਜੂਨ ਔਰ ਜ਼ਰੂਰ ਤਸ਼ਰੀਫ ਲਿਆਓ ਇਹ ਪੂਰੀ ਫੈਮਿਲੀ ਦੇ ਲਈ ਇਹ ਪੂਰਾ ਦਾ ਪੂਰਾ ਜਿਹੜਾ ਹੈ ਇਨਫੋਰਮੇਟਿਵ ਪ੍ਰੋਗਰਾਮ ਔਰ ਉਹਦੇ ਨਾਲ ਨਾਲ ਐਂਟਰਟੇਨਿੰਗ ਪ੍ਰੋਗਰਾਮ ਹੋਏਗਾ ਅੱਜ ਦਾ ਪੰਜਾਬ ਰੰਗ ਸਾਡੇ ਨਾਲ ਵੇਖਣ ਦਾ ਬਹੁਤ ਬਹੁਤ ਧੰਨਵਾਦ